ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਕੀ ਅਸੀਂ ਬੜੀਆਂ ਖਬਰਾਂ ਜਿਸ ਕੇ ਵਿੱਚ ਮੈਂ ਕੈਬਨਟ ਮੰਤਰੀ ਅਨਮੋਲ ਬਵਨ ਮਾਨ ਈਸ਼ ਨੇ ਕਰਾ ਲਿਆ بیا ਵਿਆਹ ਕਰਾਣ ਤੋਂ ਬਾਅਦ ਪਾ ਕਾ ਲਾਲ ਚੂੜਾ ਯੋ ਕਹਿ ਲੋ ਵੀਰ ਆਪਣੀ ਪੁਰਾਣੀ ਡਿਊਟੀ ਕੇ ਉੱਪਰ ਆ ਗਈ ਮਤਲਬ ਪੁਰਾਣੀ ਡਿਊਟੀ ਯੋ ਕਹਿ ਲੋ ਵੀਰ ਭਾਈ ਈਸ਼ ਨੇ ਆਪਣੀ ਲੀਡਰੀ ਵਾਲਾ ਕੰਮ ਭਾਈ ਫੇਰ ਕਰ ਲਿਆ ਸ਼ੁਰੂ ਅਰ ਆਪਣੇ ਪਰਿਵਾਰ ਸਮੇਤ ਤਖਤ ਸ੍ਰੀ ਕੇਸਗੜ ਸਾਹਿਬ ਜਾਗਾ ਮੱਥਾ ਟੇਕਾਈ ਅਰ ਕੀਰਤਨ ਸਰਵਣ ਕਰਿਆ ਨਮੀ ਜ਼ਿੰਦਗੀ ਕੀ ਸਰਵਾਤ ਕੀ ਅਰਦਾਸ ਕਰੀ ਉਸਕੇ ਘਰ ਵਾਲਾ ਸਹਿਬ ਆਜ ਵੀ ਗੈਰ ਉਸकी ਬੀਬੀ ਵੀ ਗੈਰ ਮੱਥਾ ਟੇਕਣੇ ਦੇ ਬਾਅਦ ਯੂ ਕੇਸਗੜ ਸਾਹਿਬ ਕੇ ਲੰਗਰ ਹਲਮਾ ਪ੍ਰਸਾਦ ਦਾ ਵੀ ਸਗਿਆ ਫੇਰ ਆਗੀ 바ਰੀ ਪੱਤਰਕਾਰਾਂ ਦੀ ਇਹ ਪੱਤਰਕਾਰ ਉਹ ਵਿਦਵਾਲੇ ਅਰਬੀ ਬਿਊਟਾ ਘਰੇਗਾ ਵੀ ਟੂਰਿਜ਼ਮ ਨੂੰ ਹਲਾੜਾ ਦੇਵਾਂਗੇ ਇਹ ਲਗਾਤਾਰ ਇਸ ਦੇ ਉੱਪਰ ਕੰਮ ਕਰ ਰਹੇ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਨੂੰ ਸਲਾਨੀਆਂ ਦਾ ਖਿੱਚ ਦਾ ਕੇਂਦਰ ਬਣਾਵਾਂਗੇ ਪੂਰਾ ਪੰਜ ਪਿਆਰੇਆਂ ਦਾ ਪਾਰਕ ਬਣਾਵਾਂਗੇ ਅਨੰਦਪੁਰ ਸਾਹਿਬ ਨੂੰ ਧਾਰਮਿਕ ਅਤੇ ਆਸਿਕ ਮੱਤਾ ਨੂੰ ਮੁੱਖ ਰੱਖਦੇ ਕਹਾ ਉਹਨਾਂ ਦੇ ਵਿਭਾਗ ਨੂੰ 25 ਕਰੋੜ ਰੁਪਏ ਦੀ ਰਾਸੀ ਮਨਜ਼ੂਰ ਕਰ ਗਈ ਜਲਦੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਸਤਾਰਪੂਰਵਕ ਯੋਜਨਾ ਬਣਾ ਕੇ ਇਸ 'ਤੇ ਖਰਚਾ ਵੀ ਕਰੇ ਮਤਲਬ ਇਹ ਕਹ ਲੋ ਵੀ ਬੀਬੀ ਨੇ ਉਥਾ ਆਦਿਲ ਖੋਲ ਕਾ ਮਤਲਬ ਐਲਾਨ ਕਰੇ ਜਦ ਬਣੇਗਾ ਕੁਝ ਉਹ ਤੋਂ ਬਾਅਦ ਦੀ ਬਾਤ ਮਤਲਬ ਇਹ ਕਹ ਲੋ ਵੀ ਇਹ ਗੱਲ ਦੱਸਣੇਗਾ ਮੇਰਾ ਮਤਲਬ ਇਹ ਉਹ ਪੰਜਾਬ ਦੇ ਵਿੱਚ ਮਾਂ ਆਦਮੀ ਪਾਰਟੀ ਦੀ ਸਰਕਾਰ ਯੋ ਫਿਰ ਐਕਟਿਵ ਹੋ ਗਈ ਵੀਰ ਗਰਮ ਹੋ ਗਈ ਇਹਨਾਂ ਨੂੰ ਪਤਾ ਵੀ ਜੇ ਕੁਝ ਨਾ ਕਰਿਆ ਵੀਰ ਅੱਗਾ ਬਦਾਂ ਸਵਾਗੀ ਬੋਟਾਂ ਦੇ ਵਿੱਚ ਮਾਂ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਦੇਣੀ ਵੀਰ ਅਰ ਇਸੇ ਕਰਕੇ ਵੀਰ ਕਦੇ ਯੋ ਨਿਆਣਿਆਂ ਨੂੰ ਕੁਸ ਦੇਰੇ ਕਦੇ ਸਿਆਣਿਆਂ ਨੂੰ ਕੁਸ ਦੇਰੇ ਭਗਵਾਨ ਤੁਮਾਨੀ ਵ ਇੱਛਾ ਉਤਾ ਜਲੰਦਰ ਜੀ ਵੀ ਨਹੀਂ ਜਾਣ ਵਾਸਤਾ ਇਸ ਕੇ ਉੱਪਰ ਵੀ ਯੋ ਬਿਆੰਗ ਕਸਿਆਈ ਯੋ ਭਗਵਾਨ ਤੁਮਾਨ ਕੇ ਉੱਪਰ ਯੋ ਇਸਨੇ ਚੰਨੀ ਨੇ ਚੰਨੀ ਤਨੂੰ ਪਤਾ ਵੀ ਮਜ਼ਾਕ ਬਹੁਤ ਕਰੇ ਕਿ ਤੋ ਪੂ ਅੱਧੀ ਬੋ ਲਾਮਾਰ ਇਲਾਕੇ ਵਾਲੀ ਬੋਸਾ ਕਹਾ ਮੁੱਖ ਮੰਤਰੀ ਨੂੰ ਕਰਾਇਗਾ ਮਕਾਨ ਲੱਭਣੇ ਦੀ ਜਗ੍ਹਾ ਕਾ ਆਪਣੀ ਕੁਰਸੀ ਵਚਾਣੀ ਚਾਹੀਦੀਗਾ ਵੀ ਕਰਾਇਗਾ ਮਕਾਨ ਬਾਅਦ ਮ ਲੱਭ ਲਿਓ ਪਹਿਲਾਂ ਤਾਉ ਆਪਣੀ ਕੁਰਸੀ ਵਚਾ ਲੈ ਮਤਲਬ ਨਵੇਂ ਨਵੇਂ ਸੰਸਦ ਮੈਂਬਰ ਬਣਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਭਗਵੰਤ ਮਾਨ ਕੀ ਕੁਰਸੀ ਦਾ ਡਾਵਾ ਡੋਲ ਹੋਗੀ ਪਤਾ ਨਹੀਂ ਕਿਹੜੇ ਟਾਈਮ ਕਾ ਉਲਟ ਕਾ ਗਿਰਜੇ ਤਾਲੇ ਕਾ ਇਸ ਨੂੰ ਵੀ ਨਹੀਂ ਪਤਾ ਹਰ ਕਹਾ ਬਿਰ ਇਸ ਕਰਕੇ ਮੈਂ ਇਸ ਨੂੰ ਸਲਾਹ ਦੇ ਰਿਹਾ ਵੀ ਜਲੰਧਰ ਮਾ ਥਾਂ ਕਰਾਏਗਾ ਮਕਾਨ ਲੱਭਣੇ ਤੇ ਚੰਗਾ ਵੀ ਤੋਂ ਵੀਰ ਚੰਡੀਗੜ੍ਹੋਂ ਮੈਂ ਬੈਕਅਪ ਆਪਣੀ ਸਰਕਾਰ ਬਚਾਣੇ ਕੇ ਪਰਧਿਆਨ ਦੇ ਵੈਸੇ ਦੇਖਿਆ ਜਾ ਵਿੱਚ ਇੰਨੀ ਕੀ ਬਾਤ ਆ ਵੀ ਠੀਕ ਵੀਰ ਉਹ ਚੰਨੇ ਨੂੰ ਵੀ ਪਤਾ ਵੀਰ ਬਈ ਇਹੋ ਜਿਹੜਾ ਸਿਸਟਮ ਹੀ ਵਿਚਾਰ ਰਿਹਾ ਇਸਕੇ ਵਿੱਚ ਮਾ ਮਤਲਬ ਆ ਪਹਿਲੇ ਵਾਲਾ ਕੰਮ ਨਹੀਂ ਰਹਿ ਗਿਆ ਇਹ ਵੀ ਇਹੋ ਕਹ ਲੋ ਵੀ ਇਹੋ ਭਾਜਪਾ ਗੋਸੀ ਵਿਦਿਆਲ ਮੰਲੀ ਇਸ਼ੂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਿਆ ਹਰ ਵੀ ਜਲੰਧਰ ਦੀ ਪੱਛਮੀ ਸੀਟ ਦੇ ਉਪਰ ਕਾਂਗਰਸੀਏ ਇਹ ਕਹਿ ਲੋ ਵੀ ਬੜੇ ਬੜੇ ਫਰਕ ਨਾਲ ਜਿੱਤੀ ਆਂ ਤੇ ਸ਼ਿਵਦੇਵਾਲ ਮਾਲੀ ਦਾ ਸਵਾਗਤ ਕਰਿਆ ਹਰ ਕ ਸਰਕਾਰ ਨੂੰ ਇਹ ਕਹਾ ਵੀ ਇਹ ਬੜੀ ਪ੍ਰਾਪਤੀ ਹੋਈ ਕੰਬਾਰੇ ਇਲਾਕੇ ਨੂੰ ਕ ਇਹ ਲੋਕ ਸਭਾ ਜਿੱਤਣੇ ਬਾਅਦ ਹੋਰ ਬੜੀ ਕਾਮਯਾਬੀ ਵਾਮਾ ਦੀ ਪਾਰਟੀ ਦਾ ਕਾ ਭਈ ਚੱਲਣੇ ਦਾ ਮੁੱਢ ਬੰਨਣਾ ਆਰਸੀ ਵਿਦਿਆਲ ਮਾਲੀ ਆਮ ਆਦਮੀ ਪਾਰਟੀ ਦਾ ਜੋ ਜ਼ਿਲ੍ਹਾ ਪ੍ਰਧਾਨ ਤਾਂ ਵੀਰ 2022 ਦੀ ਵੋਟਾਂ ਮਾ ਇਸ ਨੂੰ ਭਾਜਪਾ ਇਹਗੇ ਸੀਟ ਲੰਗਰਾਲ ਨੂੰ ਟਿਕਟ ਦੇਣਗੇ ਵਿਰੋਧ ਮਾ ਭਾਜਪਾ ਮਾ ਜੋ ਸਾਹਮਣੇ ਆ ਵੀਰ ਉੱਥਾ ਜੋ ਕਹਿ ਰਿਹਾ ਕਾ ਵੀ ਸੀਟ ਲੰਗਰਾਲ ਨੂੰ ਟਿਕਟ ਦੇ ਦੇ ਕਾ ਤੇ ਭਾਜਪਾ ਮਾ ਸ਼ਾਮਲ ਹੋ ਗਿਆ ਸੀਟ ਲੰਗਰਾਲ ਭਾਜਪਾ ਦੇ ਵਿੱਚ ਸ਼ਾਮਲ ਹੋਗਾ ਇੱਕ ਵਾਰ ਫੇਰ ਜੋ ਉਮੀਦਵਾਰ ਬਣ ਗਿਆ ਅਰ ਮਾਲੀ ਨੇ ਪਾਜ ਵਾ ਛੱਡਤੀ ਕਾਂਗਰਸ ਮਸੂਮਲੀ ਕਾਂਲੀ ਕਾ ਕੇ ਮੈਂ ਤਾਂ ਉਸ ਚੀਜ਼ ਤੇ ਰਾੜਾ ਦੇ ਉੱਧਰ ਗਿਆ ਉੱਧਰ ਜਾਗਾ ਕਾ ਉਸ ਨੂੰ ਯੋ ਇਹ ਸੀਤਲਗੜ੍ਹ ਉੱਧਰ ਲੰਘ ਗਿਆ ਬਸ ਯੋ ਤੋਂ ਮਾਲੀ ਤੋਂ ਵਿਚਾਰਾ ਮਦਲੀ ਕਾ ਕੰਮ ਕੀ ਹੋਵਾ ਪਾਣੀ ਗੇਣਾ ਫਲ ਫੁੱਲ ਤੋਂ ਇਲਾਵਾ ਰੱਬ ਭਗਵਾਨ ਨੇ ਲਾਣੇ ਪਾਰੀ ਯੋ ਤੋਂ ਮਸਦੀ ਗੇਲਾ ਅੱਕਾ ਹੀ ਹੋ ਰਿਹਾ ਵੀ ਇਹ ਵਿਚਾਰੇ ਨੇ ਯੋ ਪਾਰਟੀ ਬਦਲੀ ਇਹ ਵੀ ਇਸਕੇ ਵਿੱਚ ਮਾਂ ਦੇਖੋ ਵੀ ਮਾਲੀ ਨੂੰ ਰਾ ਵਿਚਾਰੇ ਨੂੰ ਟਿਗੜ ਤੋਂ ਨਹੀਂ ਖੈਰ ਬਿਲੀ ਵੀਰਾ ਉਰਵਾ ਤੋਂ ਕਾਂਗਰਸ ਵਾਲਿਆਂ ਨੇ ਬੀਬੀ ਸ੍ਰਿੰਦਰ ਕੌਰ ਈਸ਼ ਨੂੰ ਘੜਾ ਕਰਿਆ ਹਰ ਵੀ ਇਹ ਭਗਵਾਨ ਤੁਮਾਨਗੇ ਪਰ ਬਹੁਤ ਮਜ਼ਾਕ ਬਣਾਇਆ ਵੀਰ ਚੰਨੀ ਨੇ ਕਹਾ ਵੀ ਉਹ ਚੰਗੀ ਬਾਤ ਹੈ ਨਹੀਂ ਕਹਾ ਭਗਵਾਨ ਤੁਮਾਨ ਤੋਂ ਵੀਰ ਰਿਆਗਾ ਔਰ ਉੱਧਰ ਵੀਰ ਅਰਪਾਲ ਜੀ ਮਗਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਪਰੇਸ਼ਨ ਲੋਟਸ ਕੇਲ ਖਰੀਦਿਆ ਨਹੀਂ ਜਾ ਸਕਦਾ ਇਹੋ ਬਾਤ ਕਹਿ ਰਿਆ ਯੋ ਚਿੰਬਾ ਆਮ ਆਦਮੀ ਪਾਰਟੀ ਨੇ ਕਾ ਕਾਂਗਰਸ ਕੇ

ਅਰਵਾ ਕਹਿ ਰਿਹਾ ਕਾ ਪਾਜਵਾਂ ਨੂੰ ਪਤਾ ਹੋਣਾ ਚਾਹੀਦਾ ਵੀ ਮਾਰੇ ਜਿਹੜੇ ਵਿਧਾਇਕ ਪੰਜਾਬ ਦੇ ਲੋਕਾਂ ਨੇ ਕਾ ਉਹਨਾਂ ਨੂੰ ਜਿਤਾਇਆਗਾ ਉਹਨਾਂ ਨੇ ਵਫਾਦਾਰ ਪਾਰਟੀ માં ਉਹਨਾਂ ਨੇ ਆਪਣੀ ਐਂਟਰੀ ਮਾਰੀ আর ਕੋਈ ਇਸ ਨੂੰ ਖਰੀਦ ਨਹੀਂ ਸਕਦਾ ਚੀ ਮੈਨੇ ਪ੍ਰਤਾਪ ਰਾਜਵਾ ਨੂੰ ਯੋਕ ਹੈ ਪਾਜਵਾਂ ਗਾ ਜੈਂਟਕਰਾਰ ਕਰਤਾ ਕਾ ਉਨਕੀ ਪਾਸਾ ਬੋਲ ਰਹਾ ਕਾ ਉਹਨਾਂ ਗਏ ਲੈ ਚ ਆ ਵੈ ਆ ਯੂ ਸਭ ਕਹਿਣੇ ਗਿਆ ਬਾਤਾਂ আর ਬਾ ਕਹਿ ਰਿਹਾ ਕਾ ਬਈ

ਬਾਈ ਬੀਗੋ ਬਿਆਨ ਤੇ ਲੱਗ ਰਿਹਾ ਵੀ ਸਰੀਰ ਤੋਂ ਕਾਂਗਰਸ ਦਾ ਦਿਲ ਲਗਾ ਭਾਜਪਾ ਦਾ ਧੜਕ ਰਿਹਾ ਉਸ ਦੇ ਅੰਦਰ ਇਹ ਬਾਤ ਉਸਨੇ ਉਸਨੇ ਗੱਲ ਕਰੀ ਆਰ ਬਾਕੀ ਉਧਰ ਰਾਜਾ ਬੜਿੰਗ ਵੀ ਗਰਮ ਹੋ ਰਿਹਾ ਵੀ ਕੱਲ ਰਾਜੇ ਬੜਿੰਗ ਨੇ ਵੀ ਕਿਹਾ ਆ ਮੁੱਖ ਮੰਤਰੀ ਕਾਂਗਰਸ ਨੂੰ ਕਾ ਵੀ ਜਿਹੜੇ ਨੇ ਵੋਟਾਂ ਪਾਈਆਂ 10000 ਪੁਰਸ਼ੀਆਂ ਨੂੰ ਇਹਨਾਂ ਦਾ ਤਵਾਦ ਲਈ ਤਾਂ ਹੀ ਕਰਿਆ ਕ ਇਹਨਾਂ ਨੇ ਜਿਹੜੀ ਵੋਟ ਕਾਂਗਰਸ ਨੂੰ ਪਾ ਕਾਂਗਰਸ ਦਾ ਪ੍ਰਧਾਨ ਵੀਰ ਲੁਧਿਆਣੇ ਤੇ ਇਹ ਲੋਕ ਸਭਾ ਮੈਂਬਰ ਬਣ ਗਿਆ ਰਾਜਾ ਬ੍ਰਿੰਗ ਮੁੱਖ ਮੰਤਰੀ ਭਗਵੰਤ ਮਾਨ ਬਚਕਿਆਸ ਵਾਲਾ ਕਾ 10000 ਪੂਸਾਲੇ ਜਿਹੜੇ ਬਦਲੇ ਨਾ ਕਾਂਗਰਸ ਨੂੰ ਵੋਟਾਂ ਪਾਈਆਂ ਕਾ ਉਹਨਾਂ ਨੇ ਇਸ ਕਰਕੇ ਕਾ ਇਹ ਗੁੱਸਾ ਚੜ ਗਿਆ ਉਸ ਨੂੰ ਕਾ ਸਤੋਵ ਜਾਲੇ ਨੂੰ ਇਸੇ ਕਰਕੇ ਕਾ ਇਹਨਾਂ ਨੂੰ ਵਿਲੇ ਕਰਕੇ ਭੇਜ ਤੇ ਆ ਇਸ ਨੇ ਆਰ ਕਾ ਗਈ ਆਮ ਆਦਮੀ ਪਾਰਟੀ ਕਾ ਸੁਵੇ ਮੱਤੇਰਾ ਮੱਤੇ ਸਿਰਪੇ ਕੱਤਿੰਨੇ ਸਿੱਟਾਂ ਜਿੱਤ ਭਗਵੰਤ ਮਾਨ ਤੋਂ ਕਹਿ ਰਹੇ ਦਾ ਕਾ ਵੀ 13 ਜ਼ੀਰੋ ਪਰੇਗੇ ਔਰ ਚਲੋ ਫਿਰ ਫਿਰ ਆ ਬਗਲਾ ਲੱਖ ਲੱਖ ਸ਼ੂ ਕਰ 13 0 ਨੇ 13 3 9 ਵੇ ਆਰ ਮੁੱਖ ਮੰਤਰੀ ਗ੍ਰਹਿ ਮੰਤਰੀ ਹੋਣਗੇ ਨਾਤੇਗਾ ਇਹ ਕਹਿਣਾ ਨਹੀਂ ਚਾਹੀਦਾ ਵੀ ਪੁਲਿਸ ਨਸ਼ਿਆਂ ਮੇਂ ਸ਼ਾਮਲ ਇਹ ਬਾਤ ਕਹੀ 22 ਸਾਲ ਮਨ ਨਸ਼ਿਆਂ ਕਾਰੋਬਾਰ ਮੇਂ ਸ਼ਾਮਲ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਆਕਾਸ ਹੈ ਇਹ ਤੁਹਾਨੂੰ ਯਾਦ ਆਏਗਾ ਪੁਲਿਸ ਵਾਲੇ ਦਾ ਮੀਲੇ ਕਰ ਕਰ ਕਾ ਇਹਨਾਂ ਨੂੰ ਕਿਸੇ ਨੂੰ ਕਿਸੇ ਪਾਸਾ ਲਾਤਾ ਕਿਸੇ ਨੂੰ ਕਿਸੇ ਪਾਸਾ ਲਾਤਾ 22 ਸਾਲ ਹੋ ਗਏ ਇਹਨਾਂ ਨੂੰ ਸਮਝ ਨਹੀਂ ਆਈ ਸੋਝੀ ਨਹੀਂ ਆਈ ਹਰਿਸਕਰ ਕਾ ਕਹਿ ਲੋ ਵੀ ਬਈ ਰਾਜੇ ਬੜਿੰਗ ਨੇ ਬਹੁਤ ਗੱਲਾਂ ਸੁਣਾਈਆਂ ਕਾ ਵੀ ਪੂਨਸਾ ਲੈਂਗੇ ਨਸੀਬ ਵਿੱਚ ਸਾਮਰੋਣੇ ਦੇ ਬਾਤਾਂ ਕਾ ਮਾਰੀਆਂ ਇਸੇ ਟਾਈਮ ਕਾ ਆਪਣੇ ਗੁੱਸੇ ਗੱਲ ਕਾ ਰਾਜਾ ਬੜਿੰਗਾ ਆਗਰਾ ਵੀ ਸਿਆਸੀ ਜੀਵਨ ਕੇ ਵਿੱਚ ਗੁੱਸੇ ਕੀ ਹੋਈ ਥਾਂ ਹੈ ਨਹੀਂ ਕਾ ਮੇਰੇ ਖਿਆਲ ਕਾ ਕਈ ਜਗ੍ਹਾ ਕੇ ਉਪਰ ਆਲੋਚਨਾ ਕੇ बावजुद ਵੀ ਕਾ ਮੈਂ ਆਗੋ ਨੂੰ ਮਿਲਨੇ ਜਾਵਾ ਉਹਨਾਂ ਕੀ ਗੱਲ ਸੁਣਾ ਮੈਨੂੰ ਬੜੇ ਬੰਦੇ ਆਲੋਚਨਾ ਕਰਾ ਮੇਰੀ ਪਰ ਮੈਂ ਨਹੀਂ ਕਾ ਕਿਸੇ ਮਤਲਬ ਉਹ ਬਾ ਕਰਦਾ ਔਰ ਉੱਧਰ ਬੀਬੀ ਜ਼ਗੀਰ ਕੌਰ ਯੋ ਕਹ ਲੋ ਵੀ ਆਪਣੀ ਪਾਰਟੀ ਦੇ ਉਮੀਦਵਾਰ ਕੇ ਹੱਕ ਮਾਂ ਬੋਟਾ ਮੰਗਣਗੇ ਜਲੰਧਰ ਪੱਛਮੀ ਵਾ ਤੇ ਉਪਚੋਣ ਹੋ ਰਹੀ ਵੀ ਉਥਾ ਸ਼੍ਰੋਮਣੀ ਕਾਲੀ ਦਲ ਨੇ ਬੀਬੀ ਸਰਜੀਤ ਕੌਰ ਖੜੀ ਕਰੀ ਵੀ ਦਾ ਔਰ ਸ਼੍ਰੋਮਣੀ ਕਾਲੀ ਦਲ ਕੀ ਸਾਫ ਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਪਾਰਟੀ ਦੇ ਨਸਿਆਂ 에 ਯੋ ਕੋ ਬੜੇ ਪੇਜੈਂਡੇ ਨੂੰ ਮੂਰੇ ਰੱਖ ਕ ਯੋ ਕਹ ਲੋ ਵੀ ਅਬਾਦਪੁਰ ਭਾਰਗੋ ਕੈਂਪਾ ਇਸ ਚੈਨਲ ਲਾਕ ਕਿਆ ਲੰਮਾ ਮਾਲਿਆ ਮੀਟਿੰਗ ਨਾਲ ਕਰ ਰਿਆ ਲੋਕਾਂ ਨੂੰ ਦੱਸ ਰਿਹਾ ਵੀ ਉਹ ਜਿਹੜਾ ਕੰਮ ਚੱਲ ਰਿਹਾ ਦੇਖ ਲਓ ਥਾਰੇ ਸਾਹਮਣੇ 10 ਤੇ 12 ਸਾਲਾਂ ਦੀ ਆਗਵੀ ਦਾ ਨਸ਼ੇ ਕਰ ਰਿਆ ਬੀਬੀ ਜ਼ਗੀਰ ਕਰ ਕਹੇ ਰਹੀ ਕਾ ਵੀ ਪੰਜਾਬ ਕੇ ਚੋਂ ਨਸ਼ਿਆਂ ਕੀ ਗੱਲ ਹੁੰਦੀ ਰਹੇਗੀ ਪਰ ਜੋ ਹਾਲਾਤ ਕਾ ਜਲੰਧਰ ਪੱਛਮੀ ਆਗਾ ਦੇਖੇਗਾ ਮੇਰੇ ਤਾਂ ਰੂਹ ਕੰਬ ਗਈ ਕਾ ਮੈਂ ਤਾਂ ਹਰਾਨ ਰਹਿ ਗਈ ਵੀ ਉਹ ਸੀਟ ਕੇ ਉੱਪਰ ਬਣ ਗਿਆ ਰਿਆ ਸਵਾਲ ਚੱਕ ਕੇ ਉਸਨੇ ਰਾਜਨੀਤੀ ਕੇ ਉੱਪਰ ਕਾ ਵੀ ਉਚੜ ਵੜ ਕਰਕੇ ਆ ਰਹਿ बापू प्रकाश बादल की सरकार के गुण गाय का बापू प्रकाश बादल की सरकार ने कहा बहुत कुछ करया पर इना ने का कुछ नहीं करया नसियां रोकने में असफल रही भगवान तमान की सरकार अर वीर यो काले भी किते ना किते यो जो कह सका भाई यो यो कालिदा लालि वंडी छोटी का जोर मारने का जो मार भी जे बण जी बात ਅਰੁਂਦਰ ਗਜਰਾਤ ਅਰਵੰਦਰ ਸਾਹਿਬ ਕੰਪਲੈਕਸ ਦੇ ਵਿੱਚ ਮੈ ਯੋਗਾ ਕਰਨ ਵਾਲੀ ਜੜੀ ਉਹ ਪੂਰੀਸ ਨੂੰ ਕੰਮ ਕਿਆਂ ਮੇਰ ਰੀਆਂ ਵੀਰ ਵਡੋਦਰਾ ਕੀ ਫੈਸ਼ਨ ਡਿਜ਼ਾਈਨਰ ਵੀਰ ਅਰਚਨਾ ਮਕਵਾਨਾ ਈਸ਼ਨਾ 21 ਜੂਨ ਨੂੰ ਕਮੋਤਰੀ ਯੋਗਾ ਦਿਵਸ ਕਿਸ ਇਮਾਮਬਰ ਸਰ ਕੇ ਵਿੱਚੇ ਸ੍ਰੀ ਅਰਵੰਦਰ ਸਾਹਿਬ ਕੰਪਲੈਕਸ ਦੇ ਵਿੱਚ ਮੈ ਯੋਗਾ ਕਰਿਆ ਅਰ ਸੀਸ ਆਸਣ ਜਿਹੜਾ ਆਪਣੀਆਂ ਮਤਲਬ ਸੋਸ਼ਲ ਤਸਵੀਰਾਂ ਪਾ ਦੀਆਂ ਵੀਰ ਯੋ ਅਰਜਨ ਅਗਿਲੋ ਚਨਾ ਉਹ ਇਹ ਨੂੰ ਜਾਨ ਤੇ ਮਾਰਨ ਦੀ ਧਮਕੀਆਂ ਮਿਲਨੀ ਸ਼ੁਰੂ ਹੋ ਗਈਆਂ ਅਰ ਇਹ ਵੀ ਇਸ ਨੂੰ ਪੂਰ ਸਪ੍ਰੋਟੈਕਸ਼ਨ ਵੀ ਮਿਲੇਗੀ ਵੀਰਾ ਪੋਰਸਲੇ ਐਥੀਸ ਨੂੰ ਕਹ ਰਿਹਾ ਕੋਈ ਬਾਤ ਨਹੀਂ ਗਾ ਪਰ ਇਸ ਦਾ ਵਿਰੋਧ ਹੋ ਰਿਹਾ ਗ੍ਰਿਫਤਾਰੀ ਦੀ ਮੰਗ ਉਠਰੀ ਪਰ ਅਲੇ ਤੱਕ ਗ੍ਰਿਫਤਾਰ ਤੋਂ ਫਿਰ ਨਹੀਂ ਕਰੀ ਪਰ ਇਸ ਦੀ ਮੰਗ ਉਠਰੀ ਦਾ ਵਿਸ਼ੰਚਾ ਕਾ ਅੰਦਰ ਦੋ ਦੇਖੋ ਵੀਰ ਅੱਗਾ ਬਣੇ ਕਿਆ ਬਣੇ ਚਲੋ ਕਰ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮਾ ਯੋ ਅੱਜ ਦੀਆਂ ਬੜੀਆਂ ਖਬਰਾਂ ਹੋਰ ਖਬਰਾਂ ਦੇਖਣੇ ਬਾਅਦ ਤਾਂ ਥਾਮਾਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਸਾਰਿਆਂ ਨੂੰ ਵੀ ਲੱਗਦੇ ਬਹੁਤ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ